ਤੇ ਜਿਹੜਾ ਹਾਊਸ ਮਾਰਕੀਟ ਹੈ ਇਹ ਅਸਲ 'ਚ ਇਹਦੀ ਪ੍ਰਭਾਸ਼ਾ ਦੇਣੀ ਹੋਵੇਗੀ ਹਾਊਸਿੰਗ ਅਸਲ 'ਚ ਅਮਰੀਕਾ ਵਿੱਚ ਹੈ ਕੀ ਤੇ ਦੇਖੀ ਤਾਂ ਅਵੇਲੇਬਿਲਟੀ ਘੱਟ ਸੀ ਹੁਣ ਅਵੇਲੇਬਿਲਟੀ ਵੱਧ ਗਈ ਇਹਦਾ ਕਾਰਨ ਕੀ ਹੈ ਕਿ ਪਿੱਛੇ ਹਟ ਰਹੇ ਨੇ ਘਰ ਬਾਈ ਕਰਨ ਤੋਂ ਜਾਂ ਕੀ ਹੋਰ ਕੈਂਸਲੇਸ਼ਨਸ ਹੋਣ ਦੇ ਨਾਲ ਨਾਲ ਬਾਇਰਸ ਨੂੰ ਇੱਕ ਨੁਕਸਾਨ ਜਿਹੜਾ ਵਾ ਉਹ ਵੀ ਚੱਲਣਾ ਪਿਆ ਕਿਉਂਕਿ ਉਹ ਕਾਫੀ ਉੱਪਰ ਗਿਆ ਜਗਦੀਪ ਸਿੰਘ ਜੀ ਹਾਂਜੀ ਸੋ ਇਹ ਉੱਪਰ ਜਾਣ ਨਾਲ ਜਿਹੜੇ ਘਰਾਂ ਦੇ ਜਿਹੜੇ ਪ੍ਰਾਈਸ ਆ ਉਹ ਆਈ ਥਿੰਕ 10-15% ਜਿਹੜੇ ਘਟੇ ਨੇ ਸੀ ਹਾਂਜੀ ਉਹਨਾਂ ਟਾਈਮਾਂ ਦੇ ਵਿੱਚ ਵਾਕਈ ਲੋਕੀ ਜਿਹੜੇ ਆ ਲਾਈਨਾਂ ਲਾ ਕੇ ਵੀ ਘਰ ਜਿਹੜੇ ਆ ਉਹ ਬਾਈ ਕਰ ਰਹੇ ਸੀ ਇਜ਼ ਇਟ ਅ ਗੁੱਡ ਡਿਸੀਜ਼ਨ ਟੂ ਬਾਈ ਦਾ ਹੋਮ ਔਰ ਨਾਟ ਹਨਾ ਇੱਕ ਬਟ ਨਾਟ ਲੀਸਟ ਇਹ ਹੈ ਅਮਰੀਕਨ ਡ੍ਰੀਮ